ਹਾਂਜੀ, ਐਜੂਕੇਸ਼ਨ ਦਾ ਗਿਆਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਦੀ ਜਿਹੜੀ ਖਬਰ ਆ ਉਹ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ। ਇਸ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੀ ਕਿ ਪੰਜਾਬ ਦੇ ਜਿਹੜੇ 47 ਕਾਲਜ ਪੁਰਾਣੇ ਤੇ 16 ਕਾਲਜ ਜਿਹੜੇ ਨਵੇਂ ਖੋਲ੍ਹੇ ਗਏ ਨੇ, ਟੋਟਲ 63 ਕਾਲਜਾਂ ਦੇ ਵਿੱਚ ਲੈਕਚਰਾਰਾਂ ਦੀਆਂ ਜਿਹੜੀਆਂ 1152 ਲੈਕਚਰਾਰ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਹਾਨੂੰ ਕਿਹੜੇ ਸਬਜੈਕਟ ਦੀਆਂ ਕਿੰਨੀਆਂ ਕਿੰਨੀਆਂ ਪੋਸਟਾਂ ਅਤੇ ਕਿਹੜੀ ਯੂਨੀਵਰਸਿਟੀ ਪੇਪਰ ਲਵੇਗੀ ਉਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ। ਕਿਰਪਾ ਕਰਕੇ ਇਹਨੂੰ ਐਂਡ ਤੱਕ ਜ਼ਰੂਰ ਦੇਖਣਾ। ਹਾਂਜੀ, ਹਾਂਜੀ, ਸਰਕਾਰੀ ਕਾਲਜ ਬਚਾਓ ਮੰਚ ਦਾ ਵਫਦ ਆ ਜਿਹੜਾ ਉਹ ਕੋਰ ਕਮੇਟੀ ਆਗੂਆਂ ਕਰਮਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਗੁਰਦੀਪ ਸਿੰਘ ਅੰਮ੍ਰਿਤਸਰ ਯੂਨੀਵਰਸਿਟੀ, ਗੁਰਪ੍ਰੀਤ ਸਿੰਘ ਅਬੋਹਰ, ਬਲਵਿੰਦਰ ਸਿੰਘ ਚਹਿਲ, ਮਨਪ੍ਰੀਤ ਜੱਸ, ਹਰਜਿੰਦਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਦੇ ਰੂਪ ਵਿੱਚ ਅੱਜ ਉਚੇਰੀ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਅਤੇ ਉਚੇਰੀ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਪ੍ਰਗਟ ਸਿੰਘ ਨੂੰ ਮਿਲੇ ਅਤੇ ਮੰਚ ਦੀਆਂ ਮੰਗਾਂ ਸੰਬੰਧੀ ਅਧਿਕਾਰੀਆਂ ਅਤੇ ਮੰਤਰੀਆਂ ਨੂੰ ਜਾਣੂ ਕਰਵਾਇਆ। ਵਫਦ ਵੱਲੋਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰ ਰਹੇ ਹਾਂ ਕਿ ਸਾਡੇ ਸਭਨਾਂ ਵੱਲੋਂ ਕੀਤੇ ਸਿਰਤੋੜ ਯਤਨਾਂ ਅਤੇ ਸੰਘਰਸ਼ ਦੇ ਸਿੱਟੇ ਵਜੋਂ ਸਾਡੇ ਸੰਘਰਸ਼ ਦੀ ਅਹਿਮ ਮੰਗ ਦੀ ਪੂਰਤੀ ਹੋਣ ਦੀ ਸੰਭਾਵਨਾ ਬਣ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਵਿੱਚ 1158 ਸਹਾਇਕ ਪ੍ਰੋਫੈਸਰਾਂ ਦੀ ਪੱਕੀ ਭਰਤੀ ਦੀ ਪ੍ਰਕਿਰਿਆ ਆਰੰਭੀ ਗਈ ਹੈ। ਹਾਂਜੀ, ਇਹ ਸਰਕਾਰੀ ਕਾਲਜ ਬਚਾਓ ਮੰਚ ਨੂੰ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਸੰਘਰਸ਼ ਆਰੰਭਿਆ ਸੀ ਉਹਨੂੰ ਬੂਰ ਪਿਆ। ਹਾਂਜੀ, ਹੁਣ ਤੁਹਾਨੂੰ ਉਹ ਸਾਰੀ ਜਾਣਕਾਰੀ ਦੇ ਦਿੰਦੇ ਹਾਂ ਕਿਹੜੀਆਂ ਕਿੰਨੀਆਂ ਪੋਸਟਾਂ ਨੇ। ਹਾਂਜੀ, ਕਾਲਜਾਂ ਵਿੱਚ 1100 ਤੋਂ ਵੱਧ ਲੈਕਚਰਾਰਾਂ ਦੀਆਂ ਅਸਾਮੀਆਂ ਭਰਨ ਦੀ ਤਿਆਰੀ। ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ 18 ਅਕਤੂਬਰ। ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਨੇ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ 1158 ਅਸਾਮੀਆਂ ਭਰਨ ਦੀ ਤਿਆਰੀ ਖਿੱਚ ਲਈ ਹੈ। ਵਿਭਾਗ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਿਤ ਸਰਕਾਰੀ ਕਾਲਜਾਂ 'ਚੋਂ ਲੈਕਚਰਾਰਾਂ ਦੀ ਭਰਤੀ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਕ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਲਈ ਵੱਖ ਵੱਖ ਵਿਸ਼ਿਆਂ ਦੇ 555 ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਸੰਬੰਧਿਤ ਕਾਲਜਾਂ ਲਈ ਵੱਖ ਵੱਖ ਵਿਸ਼ਿਆਂ ਦੇ 603 ਲੈਕਚਰਾਰ ਭਰਤੀ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਣੀ ਹੈ। ਹਾਂਜੀ, ਇਹ ਥੋੜ੍ਹੀ ਜਿਹੀ ਇਹਦੇ ਵਿੱਚ ਕਨਫਿਊਜ਼ਨ ਆ ਕਿ ਪੰਜਾਬੀ ਯੂਨੀਵਰਸਿਟੀ ਅਤੇ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਇਹ ਟੋਟਲ 1100 ਤੋਂ ਵੱਧ ਜਿਹੜੀਆਂ ਪੋਸਟਾਂ ਨੇ ਉਹਨਾਂ ਸੰਬੰਧੀ ਪੇਪਰ ਆ ਜਿਹੜਾ ਉਹ ਇਹਨਾਂ ਯੂਨੀਵਰਸਿਟੀਆਂ ਨੇ ਲੈਣਾ ਗਾ ਅਤੇ ਜਿਹੜੀਆਂ ਇਹ ਪੋਸਟਾਂ ਨੇ ਉਹ ਸਾਰੇ ਸਰਕਾਰੀ ਕਾਲਜਾਂ ਨਾਲ ਸੰਬੰਧਿਤ ਨੇ ਜੋ ਕਿ ਪੰਜਾਬ ਦੇ ਵਿੱਚ 63 ਸਰਕਾਰੀ ਕਾਲਜ ਨੇ। ਇਹਦੇ ਵਿੱਚ ਪੰਜਾਬੀ ਯੂਨੀਵਰਸਿਟੀ, ਪੰਜਾਬ ਗੁਰੂ ਨਾਨਕ ਯੂਨੀਵਰਸਿਟੀ ਦੇ ਅੰਡਰ ਜਿੰਨੇ ਵੀ ਕਾਲਜ ਆਉਂਦੇ ਨੇ ਉਹਨਾਂ ਦੀਆਂ ਪੋਸਟਾਂ ਨਹੀਂ ਹਨ, ਇਹ ਸਿਰਫ ਸਰਕਾਰੀ ਕਾਲਜਾਂ ਦੀਆਂ ਪੋਸਟਾਂ ਨੇ। ਹਾਂਜੀ, ਹੁਣ ਤੁਹਾਨੂੰ ਉਹ ਗਿਣਤੀ ਦੱਸ ਦਿੰਦੇ ਹਾਂ ਕਿ ਕਿੰਨੇ ਕਿੰਨੇ ਕਿਹੜੇ ਕਿਹੜੇ ਸਬਜੈਕਟ ਦੀਆਂ ਕਿੰਨੀਆਂ ਕਿੰਨੀਆਂ ਪੋਸਟਾਂ ਨੇ। ਹਾਂਜੀ, ਪੰਜਾਬੀ ਯੂਨੀਵਰਸਿਟੀ ਦੇ ਅੰਡਰ ਜਿਹੜਾ ਉਹਨਾਂ ਨੇ ਟੈਸਟ ਲੈਣਾ ਗਾ ਉਸ ਦੇ ਵਿੱਚ ਡਾਂਸ ਦੀਆਂ 2 ਪੋਸਟਾਂ, ਡਿਫੈਂਸ ਸਟੱਡੀ ਦੀਆਂ 2, ਐਜੂਕੇਸ਼ਨ ਦੀਆਂ 3, ਇਨਵਾਇਰਮੈਂਟ ਸਾਇੰਸ ਦੀਆਂ 3, ਇੰਗਲਿਸ਼ ਦੀਆਂ 154, ਫਾਈਨ ਆਰਟ 10, ਜੀਓਗ੍ਰਾਫੀ ਦੀਆਂ 43, ਹਿੰਦੀ ਦੀਆਂ 30, ਮਿਊਜ਼ਿਕ ਦੀਆਂ 7, ਮਿਊਜ਼ਿਕ ਵੋਕਲ ਦੀਆਂ 10, ਫਿਲੋਸਫੀ ਦੀਆਂ 6, ਪੋਲੀਟੀਕਲ ਸਾਇੰਸ ਦੀਆਂ 53, ਫਿਜੀਕਲ ਐਜੂਕੇਸ਼ ਫਿਜੀਕਲੋਜੀ ਦੀਆਂ 12 ਅਤੇ ਪਬਲਿਕ ਐਡਮਿਨਿਸਟ੍ਰੇਸ਼ਨ ਦੀਆਂ 10 ਅਤੇ ਪੰਜਾਬੀ ਦੀਆਂ 142, ਉਰਦੂ ਦੀ 1, ਲਾਇਬ੍ਰੇਰੀਅਨ ਦੀਆਂ 67। ਟੋਟਲ 555 ਇਹਨਾਂ ਪੋਸਟਾਂ ਦਾ ਜਿਹੜਾ ਪੇਪਰ ਆ ਉਹ ਪੰਜਾਬੀ ਯੂਨੀਵਰਸਿਟੀ ਨੇ ਲੈਣਾ ਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅੰਡਰ ਜਿਹੜੀਆਂ ਹੈਗੀਆਂ ਨੇ ਔਰਗੈਨਿਕ ਪੀ ਦੀ 1 ਪੋਸਟ ਆ, ਬਾਇਓ ਕੈਮਿਸਟਰੀ ਆ ਜਿਹੜੀ ਪੀ ਉਹਦੀ 1 ਪੋਸਟ ਆ, ਬੋਟਨੀ ਦੀਆਂ 39, ਕੈਮਿਸਟਰੀ ਦੀਆਂ 71, ਕਮਰਸ ਦੀਆਂ 70, ਕੰਪਿਊਟਰ ਸਾਇੰਸ ਦੀਆਂ 56, ਇਕਨੋਮਿਕਸ ਦੀਆਂ 53, ਹਿਸਟਰੀ ਦੀਆਂ 73, ਹਿਸਟਰੀ ਆਫ ਆਰਟ ਦੀ 1, ਹੋਮ ਸਾਇੰਸ ਦੀਆਂ 9 ਅਤੇ ਮੈਥਮੈਟਿਕਸ ਦੀਆਂ 63, ਫਿਜੀਕਲ ਐਜੂਕੇਸ਼ਨ ਦੀਆਂ 54, ਫਿਜਿਕਸ ਦੀਆਂ 47, ਸੋਸ਼ੋਲੋਜੀ ਦੀਆਂ 14 ਅਤੇ ਜੋਲੋਜੀ ਦੀਆਂ 40। ਟੋਟਲ 603 ਜਿਹੜੀਆਂ ਪੋਸਟਾਂ ਨੇ ਉਹਨਾਂ ਦਾ ਜਿਹੜਾ ਪੇਪਰ ਹੈਗਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਵੇਗੀ। ਹਾਂਜੀ, ਇਹ ਸੀ ਵਿਸ਼ੇਵਾਰ ਪੋਸਟਾਂ ਦੀ ਵੰਡ। ਹਾਂਜੀ ਹਾਂਜੀ, ਇਹ ਸਰਕਾਰੀ ਕਾਲਜ ਬਚਾਓ ਪੰਚ ਵੱਲੋਂ ਵੱਖ ਵੱਖ ਟਾਈਮ 'ਤੇ ਕੀਤੇ ਜਾਂਦੇ ਸੰਘਰਸ਼ਾਂ 'ਤੇ ਵੱਖ ਵੱਖ ਸਮੇਂ ਦਿੱਤੇ ਗਏ ਜੀ
ਮਿਨਿਸਟਰਾਂ ਨੂੰ ਮੰਗ ਪੱਤਰ ਦੀ ਅੱਜ ਮਿਹਨਤ ਨੇ ਰੰਗ ਲਿਆਉਂਦਾ ਹੈ ਤੇ ਅਸੀਂ ਸਰਕਾਰੀ ਕਾਲਜ ਬਚਾਓ ਮੰਚ ਦੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੱਲੋਂ ਸਰਕਾਰੀ ਕਾਲਜ ਬਚਾਓ ਮੰਚ ਪੰਜਾਬ ਧੰਨਵਾਦ। ਇਸ ਚੈਨਲ ਤੇ ਤੁਹਾਨੂੰ ਮਾਸਟਰ ਕੇਡਰ ਪੰਜਾਬੀ UGC ਨੈੱਟ ਪੰਜਾਬੀ ਤੇ ਜਿਹੜੀਆਂ ਸਰਕਾਰੀ ਕਾਲਜ ਦੇ ਵਿੱਚ ਇਹ ਭਰਤੀਆਂ ਹੋ ਰਹੀਆਂ ਉਹਨਾਂ ਦੇ ਸਿਲੇਬਸ ਦੇ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਦਿੱਤੀ ਜਾਵੇਗੀ। ਇਸ ਕਰਕੇ ਐਜੂਕੇਸ਼ਨ ਦਾ ਗਿਆਨ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਬਾ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ। ਧੰਨਵਾਦ।